ਤੇ ਵੈਸੇ ਹੀ ਕਿਤੇ ਰਸਤੇ 'ਚ ਜਾਂਦੇ ਹੋਈਏ, ਸੰਗਰੂਰ ਜਾਈਏ ਚਾਹੇ ਅਸੀਂ ਆਪਦੇ ਪੇਕੇ ਜਾਵਾਂ ਮੈਂ ਅੰਮ੍ਰਿਤਸਰ ਵੱਲ, ਕਿਤੇ ਸਾਨੂੰ ਮਿਲ ਜਾਣ ਅਸੀਂ ਗੱਡੀ ਰੋਕ ਕੇ ਜ਼ਰੂਰ ਉਹਨੂੰ ਤੋੜ ਲੈਂਦੇ ਹਾਂ। ਇਹਦੇ ਵਿੱਚ ਕਾਹਲੀ ਸੰਗ ਜਿਹੜੀ ਚੀਜ਼ ਚਾਹੀਦੀ ਆ, ਹਨਾ ਕੁਝ ਵੀ ਹੈ। ਚਿੱਬੜ ਦੀ ਚਟਨੀ ਬਿਲਕੁਲ ਕੌੜੀ ਨਹੀਂ ਬਣਦੀ, ਜਿਹੜਾ ਵਾਲ ਨਾਲੋਂ ਆਪਣੇ ਆਪ ਜਿਵੇਂ ਵਾਲ ਤੁਸੀਂ ਚੱਕੋਗੇ ਨਾ ਥੱਲੇ ਜਿਹੜੇ ਡਿੱਗੇ ਹੋਣਗੇ ਜਿਹਨੂੰ ਕਹਿੰਦੇ ਪੱਕ ਜਾਣਾ, ਤੇ ਉਸ ਚਿੱਬੜ ਦੀ ਚਟਨੀ ਕੌੜੀ ਨਹੀਂ ਬਣਦਾ। ਪਦਾਲ 'ਚ ਵੀ ਵੜੀ ਪਾ ਲਈਦੀ ਹੈ, ਕੱਦੂ 'ਚ ਵੀ ਵੜੀ ਪਾ ਲਈਦੀ ਹੈ। ਇੱਦਾਂ ਅਸੀਂ ਇਕੱਲਾ ਇਹਨੂੰ ਵੀ ਉਹ 'ਚ ਨਹੀਂ ਪਾਉਂਦੇ, ਸਾਂਬਰ 'ਚ ਹੀ ਨਹੀਂ ਪਾਉਂਦੇ, ਖਾਸ ਕਰਕੇ ਲੋਕ ਦੇ ਸਾਂਬਰ 'ਚ ਹੀ ਪਾਉਂਦੇ ਆ। ਅਸੀਂ ਜੇ ਦਾਲ ਧਰੀ ਆ ਨਾ ਮੂੰਗੀ ਮਸਰੀ, ਉਹਦੇ ਵਿੱਚ ਵੀ ਇਹਨੂੰ ਕੱਟ ਕੇ ਪਾ ਦੇ। ਸਾਰਾ ਹੀ ਬਿਮਾਰੀਆਂ ਦਾ ਜਿਹੜਾ ਇਹਦੇ ਵਿੱਚ ਇਲਾਜ ਆ, ਇਹਦੀ ਜੜ, ਇਹਦੇ ਪੱਤੇ, ਇਹਦੇ ਫੁੱਲ, ਇਹਦੇ ਫਲ, ਜੋ ਵੀ ਆ ਫਲ। ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ ਆਪ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ 'ਤੇ। ਤਾਂ ਫਰੈਂਡ, ਅੱਜ ਆਪਾਂ ਵੀਡੀਓ 'ਚ ਲੈ ਕੇ ਆਏ ਹਾਂ ਸੁਹੰਜਣਾ ਦਾ ਅਚਾਰ। ਉਹ ਤੁਸੀਂ ਵੇਖਿਆ ਹੋਣਾ ਮੇਰੇ ਚੈਨਲ 'ਤੇ, ਪਹਿਲਾਂ ਵੀ ਆਪਾਂ ਵੀਡੀਓ ਪਾਈ ਸੁਹੰਜਣਾ ਦੇ ਅਚਾਰ ਦੀ, ਬਟ ਉਹ ਵਾਰ ਵਾਰ ਕੰਪਲੇਂਟ ਆਉਂਦੀ ਹੈ ਕਿ ਤੁਸੀਂ ਹਿੰਦੀ 'ਚ ਬੋਲਿਓ, ਸਾਨੂੰ ਸਮਝ ਨਹੀਂ ਲੱਗਦੀ, ਤੁਸੀਂ ਹਿੰਦੀ 'ਚ ਐਕਸਪਲੇਨ ਕੀਤਾ ਵਾ, ਸਾਨੂੰ ਪੰਜਾਬੀ 'ਚ ਐਕਸਪਲੇਨ ਕਰਕੇ ਦੱਸੋ ਵੀ ਇਹ ਕੀ ਪਾਇਆ ਤੁਸੀਂ ਇਹਦੇ ਵਿੱਚ, ਕਿੱਦਾਂ ਹੈ ਸੁਹੰਜਣਾ, ਕੀ ਚੀਜ਼ ਹੈ। ਜ਼ਿਆਦਾਤਰ ਲੋਕਾਂ ਨੂੰ ਆਪਣੇ ਅੰਮ੍ਰਿਤਸਰ ਰੀਅਲ ਪਤਾ ਨਹੀਂ ਆ ਵੀ ਸੁਹੰਜਣਾ ਹੁੰਦਾ ਕੀ ਚੀਜ਼ ਆ। ਇਹਨੂੰ ਸਹਿਜਨ ਵੀ ਬੋਲਦੇ ਆ, ਜਿਵੇਂ ਸਾਊਥ ਇੰਡੀਅਨ 'ਚ ਇਹਨੂੰ ਡਮਸਟਿਕ ਵੀ ਬੋਲਦੇ, ਤਾਂ ਇੰਗਲਿਸ਼ 'ਚ ਡਮਸਟਿਕ ਇਹਨੂੰ ਬੋਲਦੇ ਆ। ਕੋਈ ਇਹਨੂੰ ਸਹਿਜਨ ਬੋਲਦਾ, ਕੋਈ ਸੁਹੰਜਣਾ ਕਹਿੰਦਾ, ਕੋਈ ਮੋਰਿੰਗਾ ਕਹਿੰਦਾ ਇਹਨੂੰ। ਅਤੇ ਇਹ ਆ ਜੀ, ਇਹ ਸਹਿਜਨ ਦੀ ਫਲੀ ਹੈ, ਦੇਖੋ ਇਹ ਸੁਹੰਜਣੇ ਦੀ ਫਲੀ ਆ, ਜਿਹੜਾ ਆਪਾਂ ਡੇਲੀ ਯੂਜ਼ ਕਰਦੇ ਹਾਂ ਸਬਜ਼ੀ ਦੇ ਵਿੱਚ। ਕਈ ਇੱਕ ਮੈਨੂੰ ਕਮੈਂਟ ਆਇਆ ਸੀ, ਤੁਸੀਂ ਕਿਉਂ ਪਾਉਂਦੇ ਹੋ, ਇਹ ਤੁਹਾਨੂੰ ਮੈਂ ਦੱਸਿਆ ਵੀ ਹਜ਼ਾਰਾਂ ਹੀ ਬਿਮਾਰੀਆਂ ਦਾ ਜਿਹੜਾ ਇਹਦੇ ਵਿੱਚ ਇਲਾਜ ਆ, ਇਹਦੀ ਜੜ, ਇਹਦੇ ਪੱਤੇ, ਇਹਦੇ ਫੁੱਲ, ਇਹਦੇ ਫਲ, ਜੋ ਵੀ ਆ ਫਲ ਆ, ਜਿਵੇਂ ਫਲੀ, ਹਰ ਇੱਕ ਇਸ ਦਰਖਤ ਦਾ ਜਿਹੜਾ ਪੱਤੇ ਤੋਂ ਲੈ ਕੇ ਜੜ ਤੱਕ ਇਹ ਕੰਮ ਵਾਲਾ ਹੈ। ਇਹਦਾ ਅਚਾਰ ਜਿਹੜੀ ਜੜ ਦਾ ਵੀ ਪੈਂਦਾ, ਉਹਨੂੰ ਸੁਹੰਜਣਾ ਦੀ ਮੂਲੀ ਦਾ ਅਚਾਰ ਬੋਲਦੇ ਨੇ। ਸੁਹੰਜਣਾ ਦੀ ਮੂਲੀ ਦਾ ਅਚਾਰ ਹੁੰਦਾ, ਅਤੇ ਇਹ ਆਪਾਂ ਪਾ ਰਹੇ ਹਾਂ ਸੁਹੰਜਣਾ ਦੀ ਫਲੀ ਦਾ ਅਚਾਰ। ਇਹ ਖਾਸ ਕਰਕੇ ਮੈਂ ਤਾਂ ਇਹ ਤਾਂ ਇਸਤੇਮਾਲ ਕਰਦੀ, ਤੁਹਾਨੂੰ ਪਤਾ ਵੀ ਕੈਂਸਰ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਆ, ਬਹੁਤ ਜ਼ਿਆਦਾ। ਅਤੇ ਇਸ ਕਰਕੇ ਆਪਾਂ ਇਹ ਫਲੀ ਦਾ ਜਿਹੜਾ ਅਚਾਰ ਪਾ ਲੈਂਦੇ ਹਾਂ। ਵੈਸੇ ਇਹਦੀ ਸਬਜ਼ੀ ਵੀ ਬਣਦੀ ਆ, ਅਤੇ ਜਿਵੇਂ ਆਪਾਂ ਸਾਂਬਰ ਬਣਾਉਂਦੇ ਹਾਂ, ਸਾਂਬਰ ਦੇ ਵਿੱਚ ਵੀ ਆਪਾਂ ਇਹਨੂੰ ਬਣਾ ਕੇ ਪਾ ਲੈਂਦੇ ਹਾਂ। ਸਾਡਾ ਤਾਂ ਉਹ ਜਿਵੇਂ ਕੋਈ ਕਿਸੇ ਨੇ ਕਮੈਂਟ ਕੀਤਾ ਜੀ, ਤੁਸੀਂ ਹਰ ਚੀਜ਼ 'ਚ ਹੀ ਵੜੀਆਂ, ਆਪੋ ਆਪਣਾ ਟੇਸਟ ਆ, ਦਿਲ ਕਰਦਾ ਪਦਾਲ 'ਚ ਵੀ ਵੜੀ ਪਾ ਲਈਦੀ ਹੈ, ਕੱਦੂ 'ਚ ਵੀ ਵੜੀ ਪਾ ਲਈਦੀ ਹੈ। ਇੱਦਾਂ ਅਸੀਂ ਇਕੱਲਾ ਇਹਨੂੰ ਵੀ ਉਹ 'ਚ ਨਹੀਂ ਪਾਉਂਦੇ, ਸਾਂਬਰ 'ਚ ਹੀ ਨਹੀਂ ਪਾਉਂਦੇ, ਖਾਸ ਕਰਕੇ ਲੋਕ ਦੇ ਸਾਂਬਰ 'ਚ ਹੀ ਪਾਉਂਦੇ ਆ। ਅਸੀਂ ਜੇ ਦਾਲ ਧਰੀ ਆ ਨਾ ਮੂੰਗੀ ਮਸਰੀ, ਉਹਦੇ ਵਿੱਚ ਵੀ ਇਹਨੂੰ ਕੱਟ ਕੇ ਪਾ ਦੇਣੇ। ਦੇਖਿਓ ਇਹਦਾ ਜਿਹੜਾ ਫਾਇਦਾ ਅੰਦਰ ਜਾਣਾ ਚਾਹੀਦਾ, ਜ਼ਰੂਰੀ ਤਾਂ ਨਹੀਂ ਹੈ ਵੀ ਇਹ ਵੀ ਤੁਸੀਂ ਜਿਹੜੀ ਚੀਜ਼ 'ਚ ਪੈਂਦਾ ਉਹ 'ਚ ਹੀ ਪਾ ਕੇ ਖਾਓ, ਨਹੀਂ ਇਹਦੀ ਇਕੱਲੀ 'ਚ ਵੀ ਸਬਜ਼ੀ ਬਣ ਜਾਂਦੀ ਆ। ਕਈ ਉਹਨੂੰ ਦੇਖਿਆ, ਜਿਵੇਂ ਮੇਰੇ ਬ੍ਰਦਰ ਆ, ਉਹ ਬਾਹਰੋਂ ਆਏ ਕੰਟਰੀ 'ਚੋਂ, ਤਾਂ ਉਹ ਕਹਿੰਦੇ ਅਸੀਂ ਕੀ ਕਰਦੇ, ਛੋਲਿਆਂ ਸਬਜ਼ੀ 'ਚ ਵੀ ਪਾ ਕੇ ਖਾ ਲੈਂਦੇ ਸੀ ਵੀ ਆਪੋ ਆਪਣਾ ਸਵਾਦ ਆ ਹਰੇਕ ਦਾ, ਨਾਲੇ ਇਹ ਅੰਦਰ ਜਾਣਾ ਚਾਹੀਦਾ ਵਾ। ਹੁਣ ਹਰ ਇੱਕ ਸਬਜ਼ੀ 'ਚ ਵੀ ਨਹੀਂ ਆਪਾਂ ਇਹਨੂੰ ਪਾ ਸਕਦੇ, ਇਸ ਕਰਕੇ ਆਪਾਂ ਇਹਦਾ ਅਚਾਰ ਪਾ ਕੇ ਰੱਖਦੇ ਹਾਂ ਤਾਂ ਕਿ ਉਹ ਆਪਾਂ ਡੇਲੀ ਯੂਜ਼ ਕਰ ਸਕੀਏ। ਅਤੇ ਇੱਕ ਇਹ ਦੋ ਤਰ੍ਹਾਂ ਦਾ ਸੁਹੰਜਣਾ ਹੁੰਦਾ ਜੀ, ਇੱਕ ਦੀ ਥੋੜ੍ਹੀ ਜਿਹੀ ਫਲੀ ਮੋਟੀ ਹੁੰਦੀ, ਉਹਦਾ ਬੀਜ ਵੀ ਮੋਟਾ ਹੁੰਦਾ। ਅਤੇ ਇਹ ਤੁਸੀਂ ਅਚਾਰ ਪਾਉਣ ਲੱਗਿਆਂ ਇੰਨਾ ਨਹੀਂ ਖਾਸ ਧਿਆਨ ਦੇਣਾ ਵੀ ਇਹ ਕੜਵਾ ਵਾ ਕਿ ਮਿੱਠਾ ਵਾ, ਜਦੋਂ ਸਬਜ਼ੀ ਬਣਾਉਣੀ ਆ ਨਾ ਉਦੋਂ ਤੁਹਾਨੂੰ ਥੋੜ੍ਹਾ ਜਿਹਾ ਇਹਦਾ ਬੀਜ ਨੂੰ ਚੱਕ ਕੇ ਵੇਖਣਾ ਪੈਣਾ, ਕਿਉਂਕਿ ਕੜਵਾ ਵੀ ਨਿਕਲਦਾ, ਯਾਨੀ ਕਿ ਜਿਹਨੂੰ ਕੌੜਾ ਕਹਿੰਦੇ ਪੰਜਾਬੀ 'ਚ, ਇਹ ਕੌੜਾ ਵੀ ਨਿਕਲ ਜਾਂਦਾ। ਕਿਤੇ ਤੁਹਾਡਾ ਐਂ ਨਿਕਲ ਜੇ ਕੌੜਾ, ਦਾਲ ਸਾਰੀ ਕੌੜੀ ਹੋ ਜੇ, ਤਾਂ ਤੁਸੀਂ ਰੂਪ ਬਲੌਗਰ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਜਾਓ ਵੀ ਇਹਨਾਂ ਨੇ ਕੀ ਸਾਨੂੰ ਦੱਸ ਦਿੱਤਾ। ਜਿਵੇਂ ਆਪਾਂ ਖੀਰੇ ਲੈ ਕੇ ਆਉਂਦੇ ਹਾਂ, ਵਿੱਚੋਂ ਕੋਈ ਕੌੜਾ ਨਿਕਲ ਜਾਂਦਾ ਵਾ। ਕਿਸੇ ਨੇ ਕਮੈਂਟ ਕੀਤਾ ਜੀ, ਤੁਸੀਂ ਚਿੱਬੜਾਂ ਦੀ ਚਟਨੀ ਦਾ ਵੀਡੀਓ ਪਾਈ ਆ, ਅਤੇ ਉਹ ਬਣਾਈ ਵੀ ਆ, ਮੈਨੂੰ ਲੱਗਦਾ ਕਿਸੇ ਨੇ, ਤਾਂ ਉਹ ਕਹਿੰਦੇ ਸਾਡੀ ਤਾਂ ਕੜਵੀ ਬਣੀ, ਸਾਰੀ ਸੁੱਟਣੀ ਪਈ ਆ। ਉਹ ਵੀ ਚਿੱਬੜ ਵੀ ਥੋੜ੍ਹਾ ਜਿਹਾ ਪਹਿਲਾਂ ਚੱਖਣਾ ਪੈਂਦਾ, ਖਾਸ ਕਰਕੇ ਉਸ ਚਿੱਬੜ ਦੀ ਚਟਨੀ ਬਿਲਕੁਲ ਕੌੜੀ ਨਹੀਂ ਬਣਦੀ, ਜਿਹੜਾ ਵਾਲ ਨਾਲੋਂ ਆਪਣੇ ਆਪ, ਜਿਵੇਂ ਵਾਲ ਤੁਸੀਂ ਚੱਕੋਗੇ ਨਾ ਥੱਲੇ ਜਿਹੜੇ ਡਿੱਗੇ ਹੋਣਗੇ ਜਿਹਨੂੰ ਕਹਿੰਦੇ ਪੱਕ ਜਾਣਾ, ਅਤੇ ਉਸ ਚਿੱਬੜ ਦੀ ਚਟਨੀ ਕੌੜੀ ਨਹੀਂ ਬਣਦੀ। ਵੈਸੇ ਜੇ ਤੁਸੀਂ ਚਿੱਬੜ ਤੋੜ ਕੇ ਲੈ ਕੇ ਆਏ ਹੋ, ਅਤੇ ਥੋੜ੍ਹਾ ਜਿਹਾ ਤੁਸੀਂ ਚੱਖ ਲਓ ਤਾਂ ਕਿ ਵੀ ਉਹ ਪਤਾ ਲੱਗ ਜਾਵੇ ਤੁਹਾਨੂੰ ਵੀ ਕੜਵਾ ਕਿ ਨਹੀਂ ਕੜਵਾ, ਥੋੜ੍ਹਾ ਜਿਹਾ ਛਿੱਲ ਲਓ ਉਹਨੂੰ। ਅਤੇ ਇਸੇ ਤਰ੍ਹਾਂ ਹੀ ਸੁਹੰਜਣਾ ਵਾ, ਸੁਹੰਜਣਾ ਜਿਹੜਾ ਉਹ ਤੁਸੀਂ ਅਚਾਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਕਿਉਂਕਿ ਜੇ ਸੁਹੰਜਣਾ ਦੀਆਂ ਫਲੀਆਂ ਕੌੜੀਆਂ ਵੀ ਨਿਕਲਦੀਆਂ ਨਾ, ਤਾਂ ਅਚਾਰ ਦੇ ਵਿੱਚ ਉਹ ਬਾਅਦ 'ਚ ਹੌਲੀ ਹੌਲੀ ਜਿਵੇਂ ਖੱਟੇ ਦੇ ਨਾਲ, ਨਮਕ ਦੇ ਨਾਲ ਰਚ ਕੇ, ਤਾਂ ਉਹਨਾਂ ਦਾ ਟੇਸਟ ਵਧੀਆ ਆਉਂਦਾ, ਕੜਵੀ ਨਹੀਂ ਲੱਗਦੀ, ਕੌੜੀ ਨਹੀਂ ਲੱਗਦੀ। ਬਸ ਸਬਜ਼ੀ ਦੇ ਵਿੱਚ ਇੰਨਾ ਵਾ ਵੀ ਸਾਨੂੰ ਇੱਕ ਵਾਰੀ ਸਾਰਾ ਹੀ ਸਾਂਬਰ ਸੁੱਟਣਾ ਪਿਆ ਜਦੋਂ ਨਵਾਂ ਨਵਾਂ ਆਪਾਂ ਨੂੰ ਨਹੀਂ ਸੀ ਪਤਾ, ਅਤੇ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਉਹਨੂੰ ਪਹਿਲਾਂ ਚੱਕ ਲਿਓ ਜਦੋਂ ਤੁਸੀਂ ਸਬਜ਼ੀ ਬਣਾਓਗੇ। ਆਪਾਂ ਸਾਂਬਰ ਦੀ ਵੀ ਵੀਡੀਓ ਆਪਾਂ ਪਾਈ ਹੋਈ ਹੈ ਚੈਨਲ 'ਤੇ, ਤੁਸੀਂ ਵੇਖ ਸਕਦੇ ਹੋ। ਹਾਂ, ਪਹਿਲਾਂ ਫਲੀ ਨੂੰ ਵੇਖ ਲਿਓ ਚੱਕ ਕੇ ਵੀ ਇਹ ਕੌੜੀ ਤਾਂ ਨਹੀਂ, ਬਾਕੀ ਆਪਾਂ ਹੋਰ ਦਾਲ ਸਬਜ਼ੀ ਪਾਉਣੀਆਂ ਉਹਦੇ ਵਿੱਚ। ਅਤੇ ਆਪਾਂ ਜੀ ਹੁਣ ਕਟਿੰਗ ਕਰਦੇ ਹਾਂ, ਦੇਖੋ ਐਡੀ ਲੰਬੀ ਫਲੀ ਹੁੰਦੀ ਹੈ, ਇਹ ਐਡੀ ਲੰਬੀ ਫਲੀ ਹੈ, ਅਤੇ ਇਹਦੇ ਆਪਾਂ ਐਡੇ ਐਡੇ ਪੀਸ ਕਰ ਲੈਣੇ ਆ। ਅਤੇ ਇਹਦੇ ਐਡੇ ਐਡੇ ਪੀਸ ਕਰਕੇ ਆ ਮਾਤਾ ਜੀ ਜਿਵੇਂ ਕਰ ਰਹੇ, ਥੋੜ੍ਹਾ ਜਿਹਾ ਅੱਧ ਕੱਟ ਮਾਰਨਾ, ਜਿਵੇਂ ਆਪਾਂ ਭਿੰਡੀ ਦੀ ਸਬਜ਼ੀ ਦੀ ਵੀਡੀਓ ਪਾਈ ਸੀ ਇੱਕ ਵਾਰੀ ਵੀ ਅੱਧਾ ਕੱਟ ਮਾਰਿਆ ਸੀ ਆਪਾਂ,
इहनू इदां करके आपां बस इन्ना क कट मारना है। देखो बाकी थल्ल्यों नहीं मारना, सिर्फ थोड़ा कट मारना भी थल्ल्यों ज्वाइंट भी रहे ते जिहड़ा कट मारिया दे नाल मसाला भी इहदे विच रच जावे। हुण इहदी आपां कटिंग कर लैंदे हां। खेती कित्यां दी कित्यों मिलदी नहीं। वैसे अज कल हुण अमृतसर वल भी उधर भी बहुत बूटे लग गए है ना, जिवें जिवें लोकां नूं पता लगा भी इहदे बहुत ज़्यादा फायदे ने हुण बहुत ने। वैसे असीं मॉल चों लैके आउंदे सीगे, असीं वीडियो जिवें पाई है जी चैनल दे उत्ते भी जिहड़ी चीज़ असीं नवीं वेखणी आपां नवीं कहणी है। जिवें असीं मिठे करेले लैके आए सीगे ते आपां वीडियो पाई आ भी उहदा थंबनेल सीगा भी साडे रोपड़ च नवीआं सब्जियां, किसे ने कहा भैणे पटियाले भी वध तों वध मिलदियां होणगीआं जी। जी सदकेआ तुहाडे पटियाला वड्डा शहर आ साडे रोपड़ नालों ते उत्थे मिलदियां होणगीआं, बट साडे जिहड़ी असीं नवीं वेखी उहनूं असीं नवीं आखांगे भी असीं वेखिआ ही पहली वारी सीगा, बट उह बहुत टेस्टी बणिआ। ते वैसे तुसीं मैनूं उहदी वीडियो ते जा के दस सकदे हो तुसीं मैनूं भी जिहड़े मिठे करेले किन्ने किन्ने खाधे आ पहलां किते, असीं ते पहली वारी खाधे बहुत ज़्यादा सुआद बणिआ है ना। ਪੱਕ ਵੀ ਜਾਂਦੀ ਹੈ ਨਾ ਵਿੱਚ। ਵੈਸੇ ਸੁਹੰਜਣਾ ਸਾਡੇ ਵੀ ਲੱਗਾ ਆ ਅਜੇ ਤੱਕ, ਉਹਨੂੰ ਫਲੀਆਂ ਨਹੀਂ ਪਈਆਂ। ਅਤੇ ਜਦੋਂ ਆਪਾਂ ਪਿਛਲੀ ਵਾਰੀ ਸੁਹੰਜਣਾ ਦਾ ਚਾਰ ਪਾਇਆ ਸੀ ਉਦੋਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਇੱਥੇ ਸ਼ਹਿਰ 'ਚ ਹੀ ਬੂਟਾ ਹੈਗਾ ਇੱਕ, ਕਈ ਬੂਟੇ ਨੇ ਅਤੇ ਆਪਾਂ ਲਾਈ ਵੀ ਉੱਥੋਂ ਤੋੜ ਕੇ ਲੈ ਕੇ ਆਏ ਸੀਗੇ। ਹੁਣ ਅਜੇ ਉਸ ਬੂਟੇ ਨੂੰ ਨਹੀਂ ਲੱਗੇ ਇਸ ਕਰਕੇ ਆਪਾਂ ਮਾਰਕੀਟ 'ਚੋਂ ਲੈ ਕੇ ਆਏ ਹਾਂ। ਅਤੇ ਵੈਸੇ ਹੀ ਕਿਤੇ ਰਸਤੇ 'ਚ ਜਾਂਦੇ ਹੋਈਏ ਸੰਗਰੂਰ ਜਾਈਏ ਚਾਹੇ ਅਸੀਂ ਆਪਦੇ ਪੇਖੇ ਜਾਵਾਂ ਮੈਂ ਅੰਮ੍ਰਿਤਸਰ ਵੱਲ, ਕਿਤੇ ਸਾਨੂੰ ਮਿਲ ਜਾਣਾ ਅਸੀਂ ਗੱਡੀ ਰੋਕ ਕੇ ਜ਼ਰੂਰ ਉਹਨੂੰ ਤੋੜ ਲੈਂਦੇ ਹਾਂ। ਇਹਦੇ ਵਿੱਚ ਕਾਹਦੀ ਸੰਗ ਜਿਹੜੀ ਚੀਜ਼ ਚਾਹੀਦੀ ਆ ਹੈ ਨਾ, ਕੁਛ ਵੀ ਹੈ ਅਤੇ ਤੁਹਾਨੂੰ ਵੀ ਜੇ ਕਿਤੇ ਮਿਲਦੀ ਹੈ ਅਤੇ ਕਈਆਂ ਨੂੰ ਕਈਆਂ ਦੇ ਘਰਾਂ 'ਚ ਹੈ ਅਤੇ ਉਹਨਾਂ ਨੂੰ ਫਾਇਦੇ ਹੀ ਨਹੀਂ ਪਤਾ ਵੀ ਇਹ ਇਸ ਚੀਜ਼ ਦੇ ਕੀ ਫਾਇਦੇ ਕੀ ਕਹਿੰਦੇ ਜੀ ਇਹ ਲੱਕੜਾਂ ਦੀਆਂ ਨੇ ਇਹ ਜਿਹੜੀ ਵੀ ਚੀਜ਼ ਕਹਿੰਦੇ ਜਿਵੇਂ ਹੁਣ ਦਵਾਈ ਕੌੜੀ ਹੁੰਦੀ ਆ ਫਾਇਦਾ ਉਹਦਾ ਹੁੰਦਾ ਅੰਦਰ ਜਾ ਕੇ ਅਸਰ ਹੁੰਦਾ ਵਾ, ਕੋਈ ਵੀ ਚੀਜ਼ ਜਿਹੜੀ ਅਸਰਦਾਰ ਉਹ ਨਾ ਸੋਹਣੀ ਹੁੰਦੀ ਆ ਅਤੇ ਨਾ ਹੀ ਉਹ ਸਵਾਦ ਹੁੰਦੀ ਆ ਅਤੇ ਬਟ ਉਹਦਾ ਅਸਰ ਵਧੀਆ ਹੁੰਦਾ। ਹੁਣ ਆਪਾਂ ਇਹਦੇ ਸਾਰੇ ਐਡੇ ਐਡੇ ਪੀਸ ਕੱਟ ਲੈਂਦੇ, ਇੱਧਰ ਮਾਤਾ ਜੀ ਕੱਟ ਮਾਰਨ ਦਾ ਹੈ ਅਤੇ ਇਹਨੂੰ ਅਚਾਰ ਨੂੰ ਅੱਜ ਆਪਾਂ ਦੇਸੀ ਢੰਗ ਦੇ ਨਾਲ ਬਾਅਦ ਚੁੱਲ੍ਹੇ 'ਤੇ ਜਾ ਕੇ ਬਣਾਵਾਂਗੇ ਦਾ ਮਸਾਲਾ ਜਿਹੜਾ ਕੁੰਡੇ 'ਚ ਰਗੜ ਕੇ ਅਤੇ ਆਪਾਂ ਚੁੱਲ੍ਹੇ 'ਤੇ ਬਣਾਉਂਦੇ ਹਾਂ। ਹੁਣ ਇਹਨੂੰ ਪਹਿਲਾਂ ਆਪਾਂ ਕਟਿੰਗ ਕਰ ਲੈਂਦੇ ਅੱਗ ਆਪਾਂ ਬਾਲ ਲਈਏ ਜੀ। ਉੱਤੇ ਰੱਖ ਦਿੱਤੀ ਆਪਾਂ ਇਹ ਲੋਹੇ ਦੀ ਕੜਾਹੀ, ਇਹਦੇ ਵਿੱਚ ਆਪਾਂ ਅਚਾਰ ਬਣਾਵਾਂਗੇ ਅਤੇ ਉਹਦੇ ਵਾਸਤੇ ਆਪਾਂ ਅਚਾਰ ਵਾਸਤੇ ਜਿਹੜਾ ਸਮਾਨ ਲਿਆ ਇਹ ਕਲੌਂਜੀ ਇੱਕ ਚਮਚ, ਇੱਕ ਚਮਚ ਇਹ ਮੇਥੇ, ਇਹ ਕਾਲੀ ਮਿਰਚ, ਇਹ ਸੌਂਫ ਅਤੇ ਇਹ ਰਾਈ ਅਤੇ ਨਮਕ। ਇਹਦੇ ਵਿੱਚ ਦੋਨੋਂ ਨਮਕ ਆਪਾਂ ਮਿਕਸ ਕੀਤੇ, ਕਾਲਾ ਵੀ ਅਤੇ ਸੇਧਾ ਨਮਕ ਵੀ। ਅਤੇ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾ ਦੇਣੇ ਆ ਮੇਥੇ ਕੜਾਹੀ 'ਚ, ਫਿਰ ਇਹ ਪਾ ਦਾਂਗੇ ਕਾਲੀ ਮਿਰਚ, ਸੌਂਫ ਅਤੇ ਕਲੌਂਜੀ। ਇਹਨਾਂ ਨੂੰ ਆਪਾਂ ਪਹਿਲਾਂ ਥੋੜ੍ਹਾ ਜਿਹਾ ਡਰਾਈ ਜਿਹੜਾ ਭੁੰਨਣਾ ਹੈ, ਥੋੜ੍ਹੀ ਇਹਨਾਂ ਦੀ ਨਮੀ ਕੱਢ ਕੇ ਫਿਰ ਇਹਨਾਂ ਨੂੰ ਆਪਾਂ ਕੁੰਡੇ ਦੇ ਵਿੱਚ ਰਗੜ ਕੇ ਫਿਰ ਮਸਾਲਾ ਪਾਵਾਂਗੇ ਵਿੱਚ। ਇਹ ਦੇਖੋ ਮਸਾਲੇ ਆਪਣੇ ਭੁੱਜ ਚੁੱਕੇ ਆ, ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਕਰਨਾ, ਸਿਰਫ ਇਹਨਾਂ ਦੀ ਨਮੀ ਕੱਢਣੀ ਆ। ਅਤੇ ਹੁਣ ਇਹਨਾਂ ਨੂੰ ਆਪਾਂ ਉਤਾਰ ਕੇ ਅਤੇ ਕੁੰਡੇ 'ਚ ਪਾ ਦਾਂ, ਹੁਣ ਇਹਨਾਂ ਨੂੰ ਆਪਾਂ ਰਗੜ ਲਾਂਗੇ ਜਿਵੇਂ ਆਪਾਂ ਵੈਸੇ ਮਸਾਲਾ ਸੁੱਕਾ ਦੜ ਫੜ ਜਿਹਾ ਕਰਦੇ ਇੱਦਾਂ ਕਰ ਲਾਂਗੇ। ਅਤੇ ਇੱਧਰ ਆਪਾਂ ਕੜਾਹੀ ਰੱਖ ਕੇ ਅਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਤੇਲ, ਇਹ ਜ਼ਿਆਦਾ ਨਹੀਂ ਆਪਾਂ ਬਰੀਕ ਕਰਨਾ ਇਹਨੂੰ, ਬਸ ਦੜ ਫੜ ਜਿਹਾ ਹੀ ਕਰਨਾ ਜਿਵੇਂ ਆਪਾਂ ਅਚਾਰ 'ਚ ਮਸਾਲਾ ਪਾਉਂਦੇ ਹਾਂ ਅੰਬ ਦੇ 'ਚ ਉੱਦਾਂ ਹੀ ਆਪਾਂ ਇਹ 'ਚ ਪਾਉਣਾ। ਇਹ ਦੇਖੋ ਮਸਾਲਾ ਆਪਣਾ ਰਗੜਿਆ ਗਿਆ, ਜ਼ਿਆਦਾ ਨਹੀਂ ਆਪਾਂ ਕਰਨਾ। ਅਤੇ ਇੱਧਰ ਆਪਣਾ ਤੇਲ ਵੀ ਗਰਮ ਹੋ ਚੁੱਕਿਆ, ਇਹਦੇ ਵਿੱਚ ਆਪਾਂ ਪਾ ਦਿੰਦੇ ਰਾਈ। ਅਤੇ ਨਾਲ ਹੀ ਜਦੋਂ ਰਾਈ ਚਟਕਣ ਲੱਗ ਜੂਗੀ ਅਤੇ ਨਾਲ ਹੀ ਆਪਾਂ ਇਹ ਜਿਹੜਾ ਦੜ ਫੜ ਕੀਤਾ ਮਸਾਲਾ ਇਹਨੂੰ ਆਪਾਂ ਪਾ ਦਾਂਗੇ। ਤੁਸੀਂ ਚਾਹੋ ਤਾਂ ਵੈਸੇ ਇਹਨੂੰ ਮਿਕਸੀ ਦੇ ਵਿੱਚ ਗ੍ਰੈਂਡਰ 'ਚ ਜਿਵੇਂ ਕਰਦੇ ਨੇ ਉੱਦਾਂ ਵੀ ਰਗੜ ਸਕਦੇ ਹੋ, ਆਪਾਂ ਤਾਂ ਵੈਸੇ ਜਿਵੇਂ ਟ੍ਰਡੀਸ਼ਨਲ ਤਰੀਕੇ ਨਾਲ, ਵੈਸੇ ਆਦਤ ਪੈ ਗਈ ਹੁਣ ਆਪਾਂ ਨੂੰ ਹੈ ਨਾ, ਹਰ ਇੱਕ ਚੀਜ਼ ਜਿਹੜੀ ਆ ਉਹ ਆਪਾਂ ਇਹ 'ਚ ਇੱਦਾਂ ਰਗੜ ਲੈਂਦੇ। ਅਤੇ ਹੁਣ ਆਪਾਂ ਇਹ ਵੀ ਮਸਾਲਾ ਇਹਦੇ ਵਿੱਚ ਪਾ ਦਾਂਗੇ।
हल्दी पाउडर पा देंगे आपां इहदे विच, नाले देगी लाल मिर्च। ये लाल मिर्च तिखी जिहड़ी, ते नमक जिहड़ा ਉਹ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਵੈਸੇ ਅਚਾਰ 'ਚ ਨਮਕ ਤੁਹਾਨੂੰ ਪਤਾ ਹੈ ਥੋੜ੍ਹਾ ਤਿੱਖਾ ਹੀ ਪੈਂਦਾ। ਹੁਣ ਇਹਦੇ ਵਿੱਚ ਆਪਾਂ ਨਮਕ ਪਾ ਦਾਂਗੇ। ਇਹ ਵੱਡਾ ਚਮਚ ਆਪਾਂ ਜਿਹੜਾ ਉਹ ਡੇਢ ਚਮਚ ਪਾ ਦਿੱਤਾ ਨਮਕ ਦਾ, ਅਤੇ ਆਪਣਾ ਅਚਾਰ ਜਿਹੜਾ ਜੀ ਬਿਲਕੁਲ ਤਿਆਰ ਆ। ਹੁਣ ਇਹ ਠੰਡਾ ਹੋਊਗਾ ਅਤੇ ਫਿਰ ਆਪਾਂ ਇਹਨੂੰ ਜਿਹੜਾ ਡੱਬੇ ਦੇ ਵਿੱਚ ਪਾਵਾਂਗੇ, ਨਾਲ ਥੋੜ੍ਹਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ ਸਿਰਕਾ। ਵੈਸੇ ਅੱਗੇ ਆਪਾਂ ਪਾਇਆ ਸੀਗਾ ਅੰਬ ਦਾ ਅਚਾਰ, ਇਹਦੇ ਨਾਲ ਤੁਸੀਂ ਅੰਬ ਦਾ ਅਚਾਰ ਵੀ ਇਹਦੇ ਨਾਲ ਪਾ ਸਕਦੇ ਹੋ, ਉਹਦੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ। ਅਤੇ ਹੁਣ ਐਰਕੀ ਆਪਾਂ ਪਾਵਾਂਗੇ ਸਿਰਕਾ। ਇਹ ਅਚਾਰ ਆਪਣਾ ਬਣ ਗਿਆ ਅਤੇ ਇਹਨੂੰ ਆਪਾਂ ਉੱਤੋਂ ਜਿਹੜੇ ਚੁੱਲ੍ਹੇ ਤੋਂ ਉਤਾਰ ਲੈਂਦੇ। ਇਹ ਜਦੋਂ ਠੰਡਾ ਹੋਇਆ ਫਿਰ ਆਪਾਂ ਇਹਨੂੰ ਡੱਬੇ ਦੇ ਵਿੱਚ ਪਾਉਂਦੇ ਹਾਂ। ਅਤੇ ਅਚਾਰ ਨੂੰ ਲੌਂਗ ਟਾਈਮ ਚਲਾਉਣ ਵਾਸਤੇ ਉਹੀ ਵੀ ਡੱਬਾ ਜਿਹੜਾ ਕੱਚ ਦਾ ਹੋਵੇ, ਸੁੱਕਾ ਹੋਵੇ, ਸਾਫ਼ ਹੋਵੇ, ਅਤੇ ਫਿਰ ਇਹ ਜਿਹੜਾ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ। ਬਾਕੀ ਲੂਣ ਦੀ ਮਾਤਰਾ ਇਹਦੇ ਵਿੱਚ ਨਮਕ ਦੀ ਪੂਰੀ ਹੋਵੇ, ਫਿਰ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ। ਹੁਣ ਇਹਨੂੰ ਆਪਾਂ ਠੰਡਾ ਹੋਣ ਦਿੰਦੇ ਹਾਂ, ਫਿਰ ਆਪਾਂ ਜੋ ਡੱਬੇ 'ਚ ਪਾਉਂਦੇ ਫਿਰ ਵਿਖਾਓ। ਅਚਾਰ ਦੇਖੋ ਆਪਣਾ ਠੰਡਾ ਹੋ ਚੁੱਕਿਆ, ਇਹਨੂੰ ਆਪਾਂ ਐਂ ਹੱਥ ਲਾ ਕੇ ਦੇਖ ਲੈਣਾ, ਅਤੇ ਗਰਮ ਗਰਮ ਨਹੀਂ ਪਾਉਣਾ ਡੱਬੇ 'ਚ। ਹੁਣ ਇਹ ਠੰਡਾ ਹੋ ਚੁੱਕਿਆ ਅਤੇ ਹੁਣ ਆਪਾਂ ਇਹ ਪਾ ਦਿੰਦੇ ਡੱਬੇ ਦੇ ਵਿੱਚ। ਇੱਥੇ ਤੁਸੀਂ ਧਿਆਨ ਰੱਖਣਾ ਕਿ ਚਾਰ ਠੰਡਾ ਕਰ ਲੈਣਾ ਫਿਰ ਹੀ ਪਾਉਣਾ, ਅਤੇ ਡੱਬਾ ਵੀ ਤੁਹਾਡਾ ਐਨ ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ। ਜੇ ਤੁਸੀਂ ਅੰਬ ਦਾ ਚਾਰ ਪਾਉਣਾ ਤਾਂ ਇੱਥੇ ਤੁਸੀਂ ਕੜਾਹੀ ਦੇ ਵਿੱਚ ਹੀ, ਜੇ ਜਿਹੜੇ ਭਾਂਡੇ 'ਚ ਤੁਸੀਂ ਠੰਡਾ ਕਰਨ ਵਾਸਤੇ ਕੱਢਣਾ ਉਹਦੇ ਵਿੱਚ ਹੀ ਮਿਕਸ ਕਰਨਾ ਵਾ ਤੁਸੀਂ ਉਹ ਅੰਬ ਦਾ ਚਾਰ। ਜੇ ਨਹੀਂ ਪਾਉਣਾ ਤਾਂ ਫਿਰ ਤੁਸੀਂ ਇੱਦਾਂ ਹੀ ਸਿੱਧਾ ਪਾ ਕੇ ਅਤੇ ਇਹਦੇ ਉੱਪਰ ਸਿਰਕਾ ਪਾ ਦੇਣਾ। ਹੁਣ ਇਹ ਚਾਰ ਜਿਹੜਾ ਆਪਾਂ ਡੱਬੇ 'ਚ ਸਾਰਾ ਪਾ ਲਿਆ, ਅਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇੱਕ ਕੌਲੀ ਇਹ ਸਿਰਕੇ ਦੀ। ਇਹ ਦੇਖੋ ਆਪਾਂ ਇਹ ਇੱਕ ਕੌਲੀ ਸਿਰਕੇ ਦੀ ਲਈ ਹੈ, ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੀ। ਅਤੇ ਪਾ ਕੇ ਅਤੇ ਇਹਨੂੰ ਇੱਕ ਵਾਰੀ ਐਂ ਚੰਗੀ ਤਰ੍ਹਾਂ ਹਿਲਾ ਲੈਣਾ ਜਿਵੇਂ ਆਪਾਂ ਅਚਾਰ ਹਿਲਾਉਂਦੇ ਹਾਂ। ਅਤੇ ਹੁਣ ਇਹਨੂੰ ਇੱਕ ਅਤੇ ਦੋ ਧੁੱਪਾਂ ਲਵਾਉਣੀਆਂ ਨੇ, ਅਤੇ ਮੁੜ ਕੇ ਇਹਨੂੰ ਡੇਲੀ ਯੂਜ਼ ਕਰੋ। ਬਹੁਤ ਹੀ ਜ਼ਿਆਦਾ ਟੇਸਟੀ ਅਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਇਹ ਅਚਾਰ। ਅਤੇ ਤੁਸੀਂ ਵੀ ਇਹ ਲਿਆ ਕੇ ਬਣਾ ਕੇ ਅਤੇ ਇਹ ਨਾਲ ਡੇਲੀ ਰੋਟੀ ਦੇ ਨਾਲ ਦੋ ਦੋ ਪੀਸ ਖਾਓ, ਵੀ ਉਹ ਫਾਇਦਾ ਜਿਹੜਾ ਵਾ ਮਿਲਦਾ ਹੀ ਰਹਿੰਦਾ। ਜਿਵੇਂ ਤੁਹਾਨੂੰ ਮੈਂ ਕਿਹਾ ਸੁਹੰਜਣਾ ਦੇ ਪੱਤੇ, ਤੁਸੀਂ ਜੇ ਨਹੀਂ ਪੱਤੇ ਨਹੀਂ ਕਿਤੇ ਮਿਲਦੇ ਤਾਂ ਤੁਸੀਂ ਇਹ ਜਦੋਂ ਵੀ ਕਿਤੇ ਕਿਸੇ ਵੀ ਸ਼ਹਿਰ 'ਚ ਤੁਸੀਂ ਜਾਂਦੇ ਹੋ ਤੁਹਾਨੂੰ ਇਹ ਦਿਸਦੇ ਨੇ, ਅਤੇ ਤੁਸੀਂ ਇਹ ਫਲੀਆਂ ਲਿਆ ਕੇ ਉਹਦਾ ਅਚਾਰ ਪਾਓ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਇਹ ਮੇਰੀ ਪੰਜਾਬੀ 'ਚ ਸੁਹੰਜਣਾ ਦੇ ਅਚਾਰ ਦੀ ਵੀਡੀਓ ਕਿੱਦਾਂ ਦੀ ਲੱਗੀ। ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਓ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ, ਅਤੇ ਡੇਲੀ ਸੁਹੰਜਣਾ ਦਾ ਅਚਾਰ ਖਾ ਕੇ ਕਰਾਂਗੇ ਇੰਜੋਏ। ਮਿਲਦੇ ਹਾਂ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।